ਕੀ ਹਾਲ ਹੈ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਪਣਾ ਸਵੇਰ ਦੀ ਸੈਰ ਹੈ ਤੇ ਜਾਨਵਰਾਂ ਲਈ ਕਿੰਨੀ ਜ਼ਰੂਰੀ ਆ ਵੀਡੀਓ ਐਂਡ ਤੱਕ ਪ੍ਰੋਪਰ ਦੇਖਾ ਤੁਹਾਡੇ ਕੰਮ ਦੀ ਗੱਲ ਹੀ ਆ ਕੋਈ ਫालतू ਗੱਲ ਨਹੀਂ ਕੀਤੀ ਵੀ ਠੀਕ ਆ ਨਾ ਵੀਡੀਓ ਐਂਡ ਤੱਕ ਦੇਖੋ ਜਿਹੜੀ ਸਵੇਰ ਦੀ ਸੈਰ ਜਾਨਵਰਾਂ ਲਈ ਕਿੰਨੀ ਜ਼ਰੂਰੀ ਹੁੰਦੀ ਆ ਤੇ ਉਹਦੇ ਕੀ ਬੈਨੀਫਿਟ ਹੁੰਦੀ ਆ ਆਪਾਂ ਨੂੰ ਤੇ ਆਪਣਾ ਵੀ ਖੇਤ ਦੇ ਵਿੱਚ ਹੀ ਘਰ ਆ ਕਿ ਮੈਂ ਸਵੇਰ ਉੱਠ ਕੇ ਜਿੰਨਾਂ ਨੂੰ ਲੈ ਆਉਣਾ ਆਪਣੇ ਕੋਲੇ ਹੈਗੇ 10 12 ਨੌ ਤੇ ਸਾਰੇ ਇੱਥੋਂ ਭੱਜੀ ਫਿਰਦੇ ਆ ਬੰਨ ਕੇ ਨਹੀਂ ਲੈ ਜਾਂਦਾ ਬਈ ਕਦੇ ਵੀ ਆਪਾਂ ਖੁੱਲੇ ਛੱਡ ਕੇ ਲੈ ਕੇ ਆਉਣੇ ਕਿਉਂਕਿ ਆਪਾਂ ਨੂੰ ਕੋਈ ਕੋਈ ਡਾਰਾ ਵੀ ਕੋਈ ਸੜਕ ਵਗੈਰਾ ਤੇ ਆਉਣਾ ਆਪਣੇ ਖੇਤ ਆ ਇੱਥੇ ਬੜੀ ਤੁਰੇ ਫਿਰਦੇ ਰਹਿੰਦੇ ਆ ਤੇ ਆਪਾਂ ਜੇ ਕੋਈ ਸਹੀ ਗੱਲ ਦੱਸੇ ਇਹਦਾ ਵੀ ਇਹਦਾ ਬੈਨੀਫਿਟ ਹੈ ਬਈ ਬੈਨੀਫਿਟ ਹੈਗੇ ਇੱਕ ਤਾਂ ਜਿਹੜੀ ਸਵੇਰ ਤਰੇਲ ਪੈਂਦੀ ਆ ਬਈ ਆਪਾਂ ਕੋਈ ਵੀ ਆ ਫਸਲ ਵਗੈਰਾ ਹੈਗੀ ਆ ਝੋਨਾ ਹੈਗਾ ਨਰਮਾ ਹੈਗਾ ਜਾਂ ਘਾਹ ਵਗੈਰਾ ਤੇ ਇਹਦੇ ਚੌੜ ਪਾਣੀ ਕਰਦੇ ਆ ਠੀਕ ਹੈ ਨਾ ਉਹ ਤੇ ਜਿਹੜੀ ਇਹਨਾਂ ਦੀ ਮੰਨ ਕੇ ਚਲੋ ਪ੍ਰੈਕਟਿਸ ਹੈ ਇੱਕ ਤਾਂ ਪ੍ਰੈਕਟਿਸ ਹੁੰਦੀ ਆ ਦੂਜੀ ਆਪਣੀ ਜਿਹੜੀ ਉਹ ਤਰੇਲ ਆ ਉਹਨਾਂ ਦੀ ਬੌਂਸ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜੋ ਦੋ ਇਹਨਾਂ ਦੇ ਵਿੱਚ ਐਂਟਰ ਹੁੰਦੀ ਆ ਸਰੀਰ ਇੱਕਦੌਣ ਠਰਦਾ ਜੇ ਜੇ ਕੋਈ ਬੌਨਸ ਜਿਹੜੀ ਆਪਣੀ ਕੋਈ ਵੀਕ ਹੈ ਨਾ ਕੋਈ ਚੱਕਰ ਆ ਉਹ ਸਟਰੋਂਗ ਕਰ ਦਿੰਦੀ ਜਾਂਦਾ ਠੀਕ ਹੈ ਨਾ ਦੂਜੀ ਗੱਲ ਜੇ ਕੋਈ ਬੱਚਾ ਆ ਪੰਦਰਿ ਮਨ ਨਹੀਂ ਰੱਖਾਂਗੇ ਕਾਡ ਬਣੂਗਾ ਜੇ ਬਾਹਰ ਲੈ ਕੇ ਆਵਾਂਗੇ ਉਹਨੂੰ ਠੀਕ ਹੈ ਨਾ ਤੇ ਉਹਦੇ ਲਈ ਮਨ ਇਹ ਜਦੋਂ ਕੋਈ ਬਿਮਾਰੀ ਵੀ ਹੁੰਦੀ ਉਹਨੂੰ ਆਪਾਂ ਨੂੰ ਪਤਾ ਲੱਗਦਾ ਵੀ ਆਹ ਬੱਚਾ ਵੀਕ ਆ ਯਾਰ ਸਾਰਿਆਂ ਚ ਹਣਾ ਜੇ ਕੋਈ ਸੱਟ ਵਗੈਰਾ ਲੱਗੀ ਹੁੰਦੀ ਹੈ ਕਈ ਵਾਰੀ ਕੱਟ ਦਿੰਦੇ ਆ ਦੂਜੇ ਡੌਗ ਤਾਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਬੱਚਾ ਲੰਗ ਮਾਰਦਾ ਹਣਾ ਇਹਦੇ ਸੱਟ ਵੱਜੀ ਵੀ ਆ ਜੇ ਆਪਾਂ ਪਰ ਉਹਦਾ ਫਾਇਦਾ ਵੀ ਕੀ ਆ ਜੇ ਆਪਾਂ ਸਵੇਰ ਲੈ ਕੇ ਆਉਣੇ ਇਹਨਾਂ ਨੂੰ ਹੱਡੀਆਂ ਖੁੱਲਦੀਆਂ ਨਾ ਸਰੀਰ ਖੁੱਲਦਾ ਪੂਰਾ ਦਿਮਾਗ ਤੇਜ਼ ਵੱਧ ਕੰਮ ਕਰਦਾ ਹਨ ਤੇਜ਼ ਹੁੰਦਾਗਾ ਸਾਰਾ ਕੁਝ ਉਹਦੇ ਕਰਕੇ ਤੇ ਆਪਾਂ ਨੂੰ ਵਾਕਈ ਡਾਈਟ ਪਲਾਨ ਸਹੀ ਚਾਹੀਦਾ ਜੇ ਆਪਾਂ ਸਵੇਰ ਲੈ ਕੇ ਆਉਣੇ ਹਨ ਆਪਣਾ ਤਾਂ ਕੋਈ ਖੇਚੀ ਕਰ ਤੁਹਾਨੂੰ ਦੱਸਿਆ ਸਵੇਰ ਜਲਦੀ ਉੱਠ ਖੜਦੇ ਆ ਇਹ ਵੀ ਜਲਦੀ ਉੱਠ ਖੜਦੇ ਆ ਭੌਂਕਣ ਲੱਗ ਜਾਂਦੇ ਆ ਉਹਦੀ ਚ ਚਲੇ ਆਟਪਾ ਹੁੰਦੇ ਆ ਤੜਕੇ ਉਹਦੀ ਆਪਾਂ ਉੱਠ ਖੜੀ ਤਾਂ ਨਾਲ ਦੀ ਨਾਲ ਖੋਲ ਕੇ ਗੇਟ ਇਹਨਾਂ ਨੂੰ ਲੈ ਆਈਏ ਇੱਕ ਇਹ ਗੱਲ ਹੁੰਦੀ ਹੈ ਨਾ ਜੇ ਆਪਣਾ ਬੱਚਾ ਜੀਵਰੀ ਆਪਾਂ ਬਾਹਰ ਲੈ ਕੇ ਆਉਣੇ ਆ ਉਹ ਕੋਈ ਖਾਂਦਾ ਪੀਂਦਾ ਹੁਣ ਕੋਈ ਦੱਕੜ ਜਾਬਲੀ ਚੋਕੀ ਜੀ ਚੱਕ ਲਈ ਹੈ ਨਾ ਉਹ ਤੋਂ ਆਪਣਾ ਐ ਪਤਾ ਲੱਗ ਜਾਂਦਾ ਵੀ ਆਪਣੇ ਬੱਚੇ ਨੂੰ ਯਾਰ ਡੀ ਵਾਰਮਿੰਗ ਕਰਨ ਵਾਲੀ ਆ ਹਾਂ ਆਪਾਂ ਡੀ ਵਾਰਮਿੰਗ ਕਰਾਂਗੇ ਆਪਾਂ ਜੋ ਵੱਧ ਲੈ ਬਾਹਰ ਲੈ ਕੇ ਆਵੇਂ ਆਪਾਂ ਨੂੰ ਤਾਂ ਹੀ ਪਤਾ ਲੱਗੂ ਜੇ ਅੰਦਰ ਪਿੰਜਰੇ ਤਾੜੀ ਰੱਖਿਆ ਕੀ ਪਤਾ ਲੱਗੂਗਾ ਆਪਾਂ ਨੂੰ ਅੰਦਰ ਅੰਦਰ ਹੀ ਉਹਦੇ ਜਿਹੜੇ ਪਰਮਾ ਉਹਨੂੰ ਖਤਮ ਕਰ ਦੇਣਗੇ ਨਾ ਖਾਦਾ ਪੀਤਾ ਲੱਗਣਾ ਪਾਉਣੀ ਹੈ ਮਹਿੰਗੀ ਤੋਂ ਮੰਗੀ ਜਿਹੜੀ ਮਰਜ਼ੀ ਫੀਡ ਪਾਈ ਚੱਲਿਓ ਹਾਂ ਤੇ ਜੇ ਮੰਨ ਕੇ ਆਪਾਂ ਬਾਹਰ ਲਿਆਵਾਂਗੇ ਆ ਉਡੀ ਵਾਰਮਿੰਗ ਹੋ ਜਾਂਦੀ ਹੈ ਬਈ ਉਹਦਾ ਬੱਚੇ ਦਾ ਬਹੁਤ ਭਲਾ ਹੋ ਜਾਂਦਾ ਉਹਦੇ ਚ ਉਹ ਆਪਣਾ ਵੀ ਭਲਾ ਹੁੰਦਾ ਬੱਚੇ ਦਾ ਵੀ ਹੁੰਦਾ ਬਈ ਨੁਕਸਾਨ ਜੇ ਬੱਚੇ ਨੂੰ ਕੋਈ ਗੱਲਬਾਤ ਹੁੰਦੀ ਤਾਂ ਆਪਣਾ ਨੁਕਸਾਨ ਵੱਧ ਹੁੰਦਾ ਬਈ ਠੀਕ ਹੈ ਨਾ ਤੇ ਬਾਕੀ ਉਹਦੀ ਜਾਣ ਵੀ ਜ਼ਰੂਰੀ ਹੈ ਤੇ ਕਈ ਮੇਰੇ ਵੀਰਾਂ ਦਾ ਕਮੈਂਟ ਜ਼ਰੂਰ ਆਇਆ ਸੀਗਾ ਬਈ ਡਾਈਟ ਪਲਾਨ ਦੱਸ ਦੀ ਆਪਾਂ ਨੂੰ ਜਰਮਣ ਬੱਚੇ ਲਈ ਬਈ ਅਗਲੀ ਵੀਡੀਓ ਚ ਉਹੀ ਆਊਗਾ ਆਪਾਂ ਡਾਈਟ ਪਲਾਨ ਦੱਸਾਂਗੇ ਪੂਰਾ ਪ੍ਰੋਪਰ ਕੋਈ ਫੀਸ ਨਹੀਂ ਆਪਾਂ ਸਹੀ ਦੱਸਾਂਗੇ ਕਿਹੜੀ ਚੀਜ਼ ਆਪਾਂ ਆਕੇ ਤਿਆਰ ਕੀਤਾ ਆਪਣੇ ਕੋਲ 5 ਮਹੀਨਾਂ ਦਾ ਬੱਚਾ ਆ ਗਿਆ ਲੌਂਗ ਕੋਟ ਬਰੂਨੋ ਦਾ ਗਰੈਂਡ ਸਨ ਮੈਂ ਉਹਦੀ ਵੀਡੀਓ ਤੁਹਾਨੂੰ ਬਾਕੇ ਸ਼ੇਅਰ ਦੱਸਾਂਗਾ ਵੀ ਆ ਆਪਣਾ ਰਿਜ਼ਲਟ ਆ ਤੇ ਕਈ ਆਪਣੇ ਹੋਰ ਯਾਰ ਮਿੱਤਰ ਆ ਉਹਨਾਂ ਕੋਲ ਵੀ ਉਹਨਾਂ ਨੇ ਆਪ ਦੇ ਹਿਸਾਬ ਨਾਲ ਤਿਆਰ ਕੀਤਾ ਵੀ ਉਹਨਾਂ ਦਾ ਕਿਹੋ ਜਿਹਾ ਰਿਜ਼ਲਟ ਆ ਹੈ ਉਹ ਸਾਰੀ ਚੀਜ਼ ਦੱਸਾਂਗੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਨਾ ਓਕੇ